ਜਾਨਾਂ ਦੀ ਫਿਕਰ ਹੈ ਜਿਹੜੇ ਸ਼ੁਰੂ ਤੋਂ ਹੁਣ ਤਾਈਂ ਕੁਰਬਾਨੀ ਦੇ ਰਹੇ ਨੇ ਆਲੇ ਰਸੂਲ ਦੀ ਖਾਤਰ ਤੇ ਜਿਨ੍ਹਾਂ ਹੁਸੈਨ ਦਾ ਸਾਥ ਨਹੀਂ ਛੋੜਿਆ ਮੈਨੂੰ ਉਹਨਾਂ ਦੀ ਫਿਕਰ ਹੈ ਜੋ ਅਸਲ ਜ਼ਿੰਮੇਦਾਰੀ ਹੈ ਉਸ ਜ਼ਿੰਮੇਦਾਰੀ ਦਾ ਅਹਿਸਾਸ ਕਰ ਆਪਣੇ ਦੀਨੀ ਭਾਈਆਂ ਦੇ ਹਕੂਕ ਅਦਾ ਕਰ ਇੱਕ ਦੂਸਰੇ ਨਾਲ ਪਿਆਰ ਕਰ ਮਜਲਿਸ ਵਿੱਚ ਇਕੱਠਾ ਹੋ ਤੇ ਇੱਕ ਦੂਸਰੇ ਦੇ ਮਸਾਇਲ ਡਿਸਕਸ ਕਰ ਕੋਈ ਬਸਤੀ 'ਚ ਮੋਮਿਨ ਆਇਆ ਉਹਦੇ ਕਰੀਬ ਜਾ ਕੇ ਅਗਰ ਤੂੰ ਫਰਦਾ ਹੈ ਜਿਸ ਤਰ੍ਹਾਂ ਵੀ ਫਰਦਾ ਹੈ ਉਹਦੀ ਮਦਦ ਕਰ ਇਸੇ ਵਾਸਤੇ ਸਰਕਾਰ ਹੁਸੈਨ ਫਰਮਾਇਆ ਕੌਣ ਲਿਜ਼ਾਲਿਮੇ ਖਸਮਾ ਫਰਮਾਇਆ ਅਗਰ ਤੂੰ ਮਜ਼ਲੂਮ ਕੇ ਰੋਣੇ ਵਾਲਾ ਹੈ ਤੋ ਯਾਦ ਰੱਖਣਾ ਪੂਰੀ ਜ਼ਿੰਦਗੀ ਮਜ਼ਲੂਮ ਕੀ ਮਦਦ ਕਰਨਾ ਜ਼ਾਲਿਮ ਸੇ ਦੁਸ਼ਮਣੀ ਕਰਨਾ ਮੈਂ ਇੱਥੇ ਲੋਕ ਵੇਖ ਲੈ ਜਿਹਨਾਂ ਕੋਲ ਚਾਰ ਆਨੇ ਆ ਗਏ ਸਾਈਆਂ ਥੋੜ੍ਹਾ ਜਿਤਨਾ ਵਕਤ ਦੇ ਦਿੱਤਾ ਇੱਜ਼ਤ ਹੋ ਗਈ ਕੋਈ ਅਹੁਦਾ ਮਿਲ ਗਿਆ ਤੇ ਮੋਮਿਨ ਹੀ ਉਹਨਾਂ ਤੋਂ ਡਰਦੇ ਨੇ ਬਈ ਇਹਨਾਂ ਨਾਲ ਗੱਲ ਕਿਸ ਤਰ੍ਹਾਂ ਕਰੀਏ ਗੱਲ ਕਰੀਏ ਤੇ ਬੇਇੱਜ਼ਤੀ ਕਰਦੇ ਸਨ ਅਗਰ ਮੋਮਿਨ ਹੀ ਤੇਰੇ ਤੋਂ ਡਰਦਾ ਹੈ ਵਿਲਾਇਤ ਅਲੀ ਦਾ ਫਾਇਦਾ ਕਿਆ ਹੋਇਆ ਇੱਕ ਜ਼ਾਵੀਆ ਬਬ ਨਾ ਤੰਗ ਹੋ ਮੈਂ ਚਾਹੁੰਦਾ ਖਾਮੋਸ਼ੀ ਹੋ ਸ਼ਾਬਾਸ਼ ਵੇਖੋ ਨਾ ਮੇਰੀ ਕੌਮ ਦੇ ਮਲੰਗ ਵੀ ਸਮਝਦਾਰ ਹੋ ਗਏ ਨੇ ਵੀ ਗੱਲ ਠੀਕ ਪਈ ਆਉਂਦੀ ਹੈ ਅੱਛੀ ਤਰ੍ਹਾਂ ਖਾਮੋਸ਼ੀ ਨਾਲ ਮੇਰੀ ਗੁਜ਼ਾਰਿਸ਼ ਸੁਣ ਲਓ ਨਾ ਆਖਰੀ ਜੁਮਲਾ ਉਸ ਤੋਂ ਬਾਅਦ ਮੈਂ ਸਾਹਿਬ ਪੜ੍ਹਦਾ ਪਿਆ ਮੇਰੇ ਭਾਈਓ ਜਿਸ ਮੁਆਸ਼ਰੇ 'ਚ ਅਸਾਂ ਰਹਿ ਰਹੇ ਹਾਂ ਇਹ ਮੁਆਸ਼ਰਾ ਸ਼ੁਰੂ ਤੋਂ ਹੁਸੈਨ ਵਾਲਾਂ ਦਾ ਦੁਸ਼ਮਣ ਹੈ ਸਿਵਾਏ ਈਰਾਨੀ ਹਕੂਮਤ ਦੀ ਅੱਜ ਤੱਕ ਸ਼ੀਆ ਦੀ ਕੋਈ ਖੈਰ ਖਾ ਹਕੂਮਤ ਦੁਨੀਆ 'ਤੇ ਨਹੀਂ ਆਈ ਜਿਸ ਦਿਨ ਦੇ ਮਜ਼ਲੂਮ ਕਤਲ ਹੋਏ ਤੇ ਅਸਾਂ ਗੁਰਬਤ ਔਰ ਮਜ਼ਲੂਮੀਅਤ ਦਾ ਅਲਮ ਬੁਲੰਦ ਕੀਤਾ ਅਸਾਂ ਕੁਰਬਾਨੀਆਂ ਦੇਣਾ ਸ਼ੁਰੂ ਕੀਤੀਆਂ ਸਾਨੂੰ ਬਨੂ ਉਮਈਆ ਮਾਰਿਆ ਬਨੂ ਅਬਾਸੀਆਂ ਮਾਰਿਆ ਫਾਤਮੀ ਖੁਲਫਾਮਾ ਮਾਰਿਆ ਬਰਬਰੀਆਂ ਨੇ ਮਾਰਿਆ ਹਲਾਕੂ ਮਾਰਿਆ ਚੰਗੇਜ਼ ਮਾਰਿਆ ਸਾਡੇ ਆਪਣੇ ਮੁਲਕ ਦੇ ਲੋਕਾਂ ਸਾਨੂੰ ਮਾਰਿਆ ਅੱਜ ਤਾਈਂ ਮਾਰ ਰਹੇ ਨੇ ਤੂੰ ਸਤ ਮੁਤਮੈਨ ਇਲਾਕੇ ਦੇ ਰਹਿਣ ਵਾਲੇ ਹੋ ਅੱਜ ਵੀ ਡੇਰਾ ਇਸ਼ਮੀਰ ਖਾਨ ਔਰ ਉਸ ਤੋਂ ਪਰਲੇ ਇਲਾਕੇ 'ਚ ਰੋਜ਼ ਕੋਈ ਨਾ ਕੋਈ ਹੁਸੈਨ ਦੇ ਰੋਣ ਵਾਲਾ ਕਤਲ ਹੋ ਜਾਂਦਾ ਹੈ ਇਹ ਅੱਠ ਅੱਠ ਅਸਾਤਜ਼ਾ ਕਿਰਾਮ ਮੁਅੱਜ਼ਜ਼ ਟੀਚਰਸ ਉਹ ਕਤਲ ਹੋ ਗਏ ਕੋਈ ਮੁੱਲ ਨਹੀਂ ਪਿਆ ਗੌਰ ਨਹੀਂ ਫਰਮਾ ਰਹੇ ਇਮਾਮ ਜ਼ਮਾਨਾ ਦੇ ਹੱਕ 'ਚ ਗੁਸਤਾਖੀ ਕੀਤੀ ਗਈ ਕੋਈ ਮੁੱਲ ਨਹੀਂ ਪਿਆ ਕਿਸੇ ਬਾਹਰੋਂ ਨਹੀਂ ਆਉਣਾ ਤੁਹਾਨੂੰ ਕਿਸੇ ਨਹੀਂ ਬਚਾਵਣਾ ਅਗਰ ਆਪਣੇ ਆਪ ਨੂੰ ਬਚਾਵਣਾ ਤੇ ਜਨਾਬ ਖੁਦ ਬਚਾਵਣਾ ਉਸ ਦਾ ਬਿਹਤਰੀਨ ਤਰੀਕਾ ਹੈ ਇਖਤਲਾਫ ਖਤਮ ਕਰ ਇੱਕ ਦੂਸਰੇ ਦੇ ਜਜ਼ਬਾਤ ਦਾ ਇਹਤਰਾਮ ਕਰ ਆਪਣੇ ਨਫਸ ਤੇ ਕਾਬੂ ਕਰ ਅਲੀ ਯੁਨ ਵਲੀ ਉੱਲਾ ਪੜ੍ਹਨ ਵਾਲੇ ਬੰਦੇ ਦਾ ਇੱਕ ਮਿੰਟ ਵਾਸਤੇ ਅਗਰ ਤੈਨੂੰ ਮਿਜ਼ਾਜ ਅੱਛਾ ਹੀ ਨਹੀਂ ਸਮਝ ਲੱਗਦਾ ਪਿਆ ਉਹਨੂੰ ਆਪਣਾ ਨਲਾਇਕ ਪੁੱਤਰ ਸਮਝ ਕੇ ਕਬੂਲ ਕਰਕੇ ਬਰਦਾਸ਼ਤ ਕਰ ਉਹਦੇ ਕਰੀਬ ਹੋਣ ਦੀ ਕੋਸ਼ਿਸ਼ ਕਰ ਅਗਰ ਮੁਹੱਲੇ 'ਚ ਤੇਰਾ ਘਰ ਮਰਕਜ਼ੀ ਘਰ ਹੈ ਮਗਰੇ ਬੈਣ ਤੋਂ ਬਾਅਦ ਉਸ ਮੁਹੱਲੇ 'ਚ ਜਿਤਨੇ ਹੁਸੈਨ ਦੇ ਆਜ਼ਾਦਾਰਾਂ ਦੇ ਘਰ ਹਨ ਜਿੱਥੋਂ ਤੱਕ ਮੁਮਕਿਨ ਹੋਵੇ ਹਰ ਬੂਹ ਖੜਕਾ ਕੇ ਉਹਨਾਂ ਤੋਂ ਪੁੱਛ ਤੁਹਾਨੂੰ ਕਿਸੇ ਸ਼ਾਇਦ ਦੀ ਲੋੜ ਤਾਂ ਨਹੀਂ ਕਿਸੇ ਦਾ ਖੌਫ ਤਾਂ ਨਹੀਂ ਕਿਸੇ ਦਾ ਡਰ ਤਾਂ ਨਹੀਂ ਰਾਤ 10 ਵਜੇ ਹੁਣ ਆ ਕੇ ਆਰਾਮ ਨਾਲ ਸੰਮਣ ਤੋਂ ਪਹਿਲੇ ਆਪ ਹੁਸੈਨ ਤੇਰਾ ਸ਼ੁਕਰੀਆ ਮੈਂ ਹੁਸੈਨ ਵਾਲਾਂ ਦੀ ਖੈਰ ਖਾਹੀ ਕਰ ਆਇਆ ਮਰਦੋ ਮਸਤੂਰਾਤ ਕਲੀਜ਼ਾ ਨੇ ਜਨਾਬ ਸੈਯਦਾ ਆਪਣੀ ਔਲਾਦ ਨੂੰ ਇਹ ਸਬਕ ਸਿਖਾਓ ਆਉਣ ਵਾਲਾ ਹਾਲਾਤ ਸਿਰਫ ਰੋਣਾ ਕਾਫੀ ਨਾ ਹੋ ਸਕੀ ਯਾਦ ਰੱਖੋ ਅੱਜ ਮੇਰੀ ਸੀਡੀ ਬਣਦੀ ਪਈ ਹੈ 20 ਸਾਲਾਂ ਬਾਅਦ ਕੱਢ ਕੇ ਵੇਖਣਾ ਹਫਜ਼ਾਬਾਦ ਮੈਲਸੀ ਸਾਹਿਬ ਨੇ ਗੁਜ਼ਾਰਿਸ਼ਾਂ ਕੀਤੀਆਂ ਫਿਰ ਉਸ ਦੌਰ ਦੇ ਬੱਚਿਆਂ ਨੂੰ ਯਾਦ ਆਸੀ ਜੋ ਮੈਂ ਆਖਿਆ ਜੋ ਆਉਣ ਵਾਲਾ ਦੌਰ ਹੈ ਅੱਜ ਤੋਂ 20 ਸਾਲ ਬਾਅਦ ਦਾ 30 ਸਾਲ ਬਾਅਦ ਦਾ ਤੁਹਾਨੂੰ ਰੋਮਨ ਵੀ ਖੁੱਲ੍ਹ ਕੇ ਕਿਸੇ ਨਹੀਂ ਦੇਵਣਾ ਤੁਹਾਡੇ ਰੋਮਨ 'ਤੇ ਵੀ ਪਾਬੰਦੀ ਹੋ ਸੀ ਇਸ ਰੋਮਨ ਦੀ ਕੀਮਤ ਹੁਣ ਕੰਮ ਦੇ ਰਹੇ ਹੋ ਫਿਰ ਜ਼ਿਆਦਾ ਦੇਸੋ ਬਿਹਤਰ ਹੈ ਇੱਕ ਕੌਮ ਹੋ ਜਾਓ ਆਪਣੇ ਕਯਾਮ ਦੀ ਤਿਆਰੀ ਕਰੋ ਕਯਾਮ ਦੀ ਖੜ੍ਹੇ ਹੋਣ ਦੀ ਜ਼ਾਲਿਮ ਦੇ ਖਿਲਾਫ ਖੜ੍ਹੇ ਹੋ ਜਾਓ ਦਹਿਸ਼ਤਗਰਦ ਦੇ ਖਿਲਾਫ ਖੜ੍ਹੇ ਹੋ ਜਾਓ ਹਰ ਉਹ ਬੰਦਾ ਜੋ ਹੁਸੈਨ ਦੇ ਰਸਤੇ ਦੀ ਰੁਕਾਵਟ ਹੈ ਉਹਦੇ ਖਿਲਾਫ ਖੜ੍ਹੇ ਹੋ ਜਾਓ ਆਰਾਮ ਵਾਸਤੇ ਤੁਸੀਂ ਹੈ ਹੀ ਨਹੀਂ ਤੁਸੀਂ ਕੁਰਬਾਨੀ ਵਾਸਤੇ ਹੋ ਜਿਹੜਾ ਜਿਸ ਦੇ ਨਾਲ ਹੁੰਦਾ ਉਹਦੇ ਦੁੱਖਾਂ 'ਚ ਬਰਾਬਰ ਸ਼ਰੀਕ ਹੁੰਦਾ ਕਿਵੇਂ ਹੋ ਸਕਦਾ ਮੰਨੇ ਹੁਸੈਨ ਨੂੰ ਅਤੇ ਤੂੰ ਹੱਸਦਾ ਰਹੇ ਅਤੇ ਹੁਸੈਨ ਰੋਂਦਾ ਰਹੇ
हो नहीं सकता, तू कायम इमाम दा कायल होवे, इंतजार बारहवें दा इमाम दा करें, तेरा इमाम रत वदा रोंदा होवे, तू खुशियां च हसदा वसदा जिंदगी गुजार। ये मोहब्बत नहीं है भाई, याद रख उन्हां नाल वाबस्तगी है, उतनी तकलीफ आसी उतनी परेशानी आसी, और उतनी तकलीफ और उतनी परेशानी नू हस के कबूल कर। मैं क्या करा इन्हां नौजवानां दा, छोटी छोटी परेशानी आंदी है, छोटी छोटी तकलीफ आंदी है। हुसैन दी राह च अज गर्मी ज्यादा है, मजलिस ते नहीं वञना, अज तबीयत ठीक कोई नहीं, मातम नहीं करना, अज घरदियां नूं लै के वञना है, अज मैं नूहा नहीं पढ़ना, बशारत नूं बहाना लभ गया, मैं उत्थे जाना, इत्थे स्टे सकती मैं नहीं करना। छोटे छोटे बहाने, छोटियां छोटियां तकलीफें च फंस गए। अगर जनाब दा रस्ता हुसैन दा रस्ता है, फिर इतना हौसला होना चाहिए है, तू दुश्मन नू आख गोली मेरे सीने च मार, मैं हर शय छोड़ सकदा, हुसैन नहीं छोड़ सकदा। ये जज्बा ये हौसला मर्दो मस्तूरात कदम पैदा हो सी, मरदा उज भी जाना जो फना दिए, कोई हार्ट अटैक नाल मर गया, कोई कैंसर नाल मर